ਕਿਹੜਾ ਚਾਹੂਗਾ ਬੰਦੇ ਬਾਰੇ ਇਹ ਉਹ ਬੰਦੇ ਨੇ ਜਿਹੜਾ ਸਭ ਤੋਂ ਲੇਟ ਆਇਆ ਹੈ ਜਿਹੜਾ ਸਵੇਰੇ ਸਵੇਰੇ ਤੇਲ ਪਾਉਣਾ ਪੈ ਗਿਆ ਵਿੱਚ ਇੰਜਨ ਵਾਲਾ ਲੈ ਕੇ ਯਾ ਯਾ ਮੈਨ ਤੈਨੂੰ ਤੋੜਦੇ ਨਹੀਂ ਹੋਰ ਹੋਰ ਇਹ ਹੀ ਕਰਨਾ ਓਏ ਫੋਨ ਸਿੱਟ ਹੀ ਜਾਂਦੇ ਓਏ ਓਏ ਦੇਖ ਕੀ ਸੈਟ ਲੈ ਓਏ ਰੁਕ ਜਾ ਓਏ ਜਮਾਨਾ ਮੈਨੂੰ ਕਾਲੀਆਂ ਰਾਤਾਂ ਚ ਦੇ ਕੀ ਕੁਛ ਨਹੀਂ ਲੈ ਆ ਦੇਖੋ ਇਹਦੇ ਚੈਨ ਬਣਾ ਲਈ ਤੇ ਨਾ ਨੇ ਹੋ ਗਿਆ ਆ ਸਕੂਲ ਵਾਲੇ ਬੂਟ ਨਹੀਂ ਜਿਹੜੇ ਆਪਾਂ ਸਕੂਲ ਚ ਪਾਉਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਲੰਮੇ ਸਮੇਂ ਤੋਂ ਬਾਅਦ ਸਦਮੇ ਤੋਂ ਗਈ ਹੈ ਨਾ ਸਦਮਾ ਹੀ ਸੀ ਇੱਕ ਤਰ੍ਹਾਂ ਦਾ ਜਿਹੜੇ ਸਾਹਮਣੇ ਲੈ ਕੇ ਨਹੀਂ ਆਉਂਦੇ ਜੀ ਬਹੁਤ ਲੰਮੇ ਸਮੇਂ ਤੋਂ ਬਾਅਦ ਚੱਲੇ ਅੱਜ ਟੂਰ ਤੇ ਬੈਂਸ ਦੀ ਆਡੀ ਚ ਬੈਂਸ ਆ ਦੇਖੀ ਕਿਵੇਂ ਹਟਿਆ ਕੋਟਾ ਨੇ ਮੈਂ ਤਾਂ ਲਿਬੜਿਆ ਲੈ ਆ ਧਰਤੇ ਬੂਟ ਆ ਲਿਫਾਫਾ ਦਾ ਪਿਆ ਯਾਰ ਬੂਟ ਪਾਉਣ ਨੂੰ ਬਸ ਹੁਣ ਸਾਈਡ ਤੇ ਧਰ ਦਿੰਦੇ ਹਾਂ ਤੇ ਜਸਨ ਨੂੰ ਪਿੰਡੋਂ ਚੱਕਣਾ ਹਾਂ ਚਾਰ ਬੰਦੀਆਂ ਬਾਬਾ ਤੇ ਆਪਾਂ ਹੌਲੀ ਹੌਲੀ ਕਰਕੇ ਬੰਦੇ ਸਾਰੇ ਮੁੱਕਰ ਗਏ ਯਾਰ ਹੌਲੀ ਹੌਲੀ ਕਰਕੇ ਟੂਰ ਵੀ ਦਿਨਾਂ ਦਾ ਘਟ ਗਿਆ ਪੰਜ ਦਿਨਾਂ ਦਾ ਸਟਾਰਟ ਕੀਤੇ ਹੁਣ ਇੱਕ ਜਾਂ ਦੋ ਦਿਨ ਲਾ ਕੇ ਆਉਣੇ ਆ ਚਲੋ ਫਿਰ ਬਾਬੇ ਦਾ ਨਾਂ ਲੈ ਕੇ ਤੁਰਦੇ ਹਾਂ ਹੁਣ ਗੱਡੀ ਚੱਲਦੇ ਹਾਂ ਓਕੇ ਆ ਜਾਓ ਕੀ ਕਿਹੜਾ ਚਾਹੂਗਾ ਬੰਦੇ ਬਾਰੇ ਇਹ ਉਹ ਬੰਦੇ ਨੇ ਜਿਹੜਾ ਸਭ ਤੋਂ ਲੇਟ ਆਇਆ ਹੈ ਜਿਹੜਾ ਸਭ ਤੋਂ ਲੇਟ ਉੱਠਿਆ ਜਿਹੜਾ ਸਭ ਤੋਂ ਜ਼ਿਆਦਾ ਸੁੱਤਾ ਹੈ ਫੇਰ ਵੀ ਗੱਡੀ ਜਾ ਕੇ ਵੀ ਸੌਂਗੇ ਬਾਈ ਜੀ ਤੇ ਆਪਾਂ 150 ਕਿਲੋਮੀਟਰ ਰਹਿ ਗਿਆ ਆਪਣਾ ਤੇ ਹਜੇ ਆਪਾਂ ਚਾਹ ਵੀ ਪੀਣੀ ਆ ਉਹ ਤੋਂ ਬਿਨਾ ਨਹੀਂ ਜਾਣਾ ਤੇ ਬੈਂਸ ਦਾ ਨਹੀਂ ਸਰ ਰਿਹਾ ਉਹ ਤੋਂ ਬਿਨਾ ਚਾਹ ਤੋਂ ਬਿਨਾ ਕੋਈ ਨਹੀਂ 50 ਕਿਲੋਮੀਟਰ ਹੋਰ ਘੱਟ ਫੇ ਬੈਂਸ ਨੂੰ ਚਾਹ ਪਿਆਉਂਦੇ ਆ 50 ਕਿਲੋਮੀਟਰ ਦੇ ਹਾਂ ਕਹਿੰਦੇ ਕਿੰਨੇ ਕਿਲੋਮੀਟਰ ਰਹਿ ਗਿਆ 100 ਕਿਲੋਮੀਟਰ ਰਹਿ ਗਿਆ ਤੇ ਪਤਾ ਜਾਣਾ ਵੀ ਆਪਾਂ ਜਾਣਾ ਲਾਗੋ ਦੀ ਬ੍ਰਾਈਅਸ ਦੁਲੇ ਮਿੱਟੀ ਹੈ ਇਟਲੀ ਚਾ ਪਰ ਬੈਂਸ ਸਰਵਿਸ ਪੈ ਗਿਆ ਹੈ ਗੱਡੀ ਦੀ ਤੇਲ ਹੋ ਫਿਰ ਵੀ ਗੱਲ ਆ ਗਈ ਯਾਰ ਕੱਚੇ ਪੋ ਗਏ ਨੇ ਕੱਚੇ ਪੰਜਾਬ ਪੁਲਿਸ ਕੱਚੇ ਚ ਠੰਡ ਚ ਯਾਰ ਇੰਨੀ ਠੰਡ ਚ ਕੱਚੇ ਉਹ ਵੀ ਨਹੀਂ ਹੈਗੀ ਇਹ ਨਾ ਕਾਫੀ ਆ ਕਾਫੀ ਆ ਸੁਣੇ ਕਾਫੀ ਉਧਰ ਆ ਕਿਧਰ ਜਰ ਇੱਕ ਤਾਂ ਉਹਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿਧਰੋਂ ਕਾਫੀ ਮਿਲਦੀ ਆ ਕਿਧਰੋਂ ਕੀ ਮਿਲਦਾ ਹੈਗਾ ਓ ਜੀ ਨੇ ਸਾਡੇ ਨਾਚ ਵਾਹੀਆਂ ਮੰਦਰਾਂ ਨਮਸਕਾਰ ਸੋਇਤੋ ਤੇ ਆਪਣੇ ਯਾਰ ਗੱਡੀ 'ਚ ਤੇਲ ਘਟ ਗਿਆ ਦੂਜਾ ਤੇਲ ਇੰਜਨ ਵਾਲਾ ਤੇਲ ਘਟ ਗਿਆ ਹੁਣ ਇੰਜਨ ਵਾਲਾ ਤੇਲ ਲੈਣ ਲੱਗਿਆ ਮੈਂ ਬੈਂਸ ਕੁਛ ਨਹੀਂ ਆਡੀ ਦੀ ਗੱਲਬਾਤ ਵੀਰੇ ਪਹਿਲੇ ਹੀ ਸਪੀਆ ਜਗਾ ਕੇ ਹੋਰ ਉਹ ਲਠੰਡ ਮੰਨੀ ਜਾਂਦਾ ਤੇ ਜਿਹੜਾ ਇਹ ਹਿੱਸਾ ਨਾ ਦੁਲੇ ਮਿੱਤੀ ਹੈ ਤਾਂ ਇਟਲੀ ਦਾ ਹਿੱਸਾ ਹੀ ਆ ਪਰ ਇੱਥੇ ਜਰਮਨ ਵੀ ਚੱਲਦੀ ਆ ਤਾਂ ਇੱਥੇ ਜਿੰਨੇ ਵੀ ਬੋਰਡ ਬਾਰਡ ਲੱਗੇ ਹੋਏ ਨੇ ਲਗਭਗ ਇਟਾਲੀਅਨ ਵਿੱਚ ਵੀ ਆ ਤੇ ਜਰਮਨ ਵਿੱਚ ਵੀ ਲੱਗੇ ਹੋਏ ਨੇ ਟਾਈਮ ਬੈਂਸ ਆਡੀ ਦਾ ਲੈ ਲਈ ਵੀਰੇ ਗੱਲਬਾਤ ਹੈ ਨਹੀਂ ਸਵੇਰੇ ਸਵੇਰੇ ਤੇਲ ਪਾਉਣਾ ਪੈ ਗਿਆ ਵਿੱਚ ਇੰਜਨ ਵਾਲਾ ਲੈ ਕੇ ਕਿੰਨੇ ਦਾ ਆਇਆ ਬੈਂਸ 37 ਯੂਰੋ ਲਾਤੇ ਕਹਿੰਦੇ ਇਕੱਠੇ ਹੀ ਮੈਂ ਨਾ ਇਹ ਨੂਰ ਆਟੋ ਦੇ ਵਿੱਚ 10 ਯੂਰੋ ਦਾ ਨਹੀਂ ਹੋਣਾ ਸੀਗਾ 37 ਯੂਰੋ ਲਾਉਣੇ ਪੈ ਗਏ ਇੱਥੇ ਕਿਉਂਕਿ ਹਾਈਵੇ 'ਤੇ ਖੜ੍ਹੇ ਹਾਂ ਇਹਨਾਂ ਨੂੰ ਪਤਾ ਵੀ ਹੋਰ ਪਾਸੇ ਤਾਂ ਹੁਣ ਲੈ ਨਹੀਂ ਸਕਦੇ ਲੈਣਾ ਤਾਂ ਪੈਣਾ ਹੀ ਇਹਨਾਂ ਨੂੰ ਇੱਥੋਂ ਮਜਬੂਰੀ ਹੈ ਖੋਲ੍ਹ ਕੇ ਪਾ ਦੇ ਵੀਰੇ ਹੁਣ ਗਾਲਾ ਤਾਂ ਨਹੀਂ ਕਹਦੇ ਆਪੇ ਦੇਖੋ ਸਾਡੇ ਨਾਲ ਸਾਰਿਆਂ ਨਾਲ ਬੁੱਢ ਬਲੇਡ ਹੁੰਦਾ ਇਹ ਆ ਇਹ ਬਰੇ ਹੋਰ ਪਤਾ ਕਿਵੇਂ ਖਾਂਦਾ ਇੱਥੇ ਜੀਬਾਂ ਤੂੰ ਬਰੇ ਮੂੰਹ ਕਰਕੇ ਖੜ ਗਿਆ ਆ ਕਹਿੰਦਾ ਮੈਂ ਸੋਹਣਾ ਹੀ ਲੱਗਦਾ ਯਾਰ ਦੇਖੋ ਸਾਰਿਆਂ ਨਾਲ ਘੈਂਟ ਲੱਗਦਾ ਐਂ ਲੱਗਦਾ ਜਾਂ ਉਬਰ ਦਾ ਡਰਾਈਵਰ ਹੁੰਦਾ ਰੇਲੀ ਬੰਨੀ ਵਾਲਾ ਫਰੈਸਕੋ ਤਾਂ ਹੈ ਨਹੀਂ ਇਹ ਉਹਨੇ ਕਿਹਾ ਬੁੜੀ ਸਕੂਲ ਦਾ ਕਾਫੇ ਆਪਣੀ ਆ ਰਹੀ ਆ ਤੇ ਆ ਮਿਲ ਗਿਆ ਆਗੇ ਦੇ ਦੋ ਉਹ ਨਾਰਾਂ ਦੀ ਛੇ ਹੁੰਦੀਆਂ ਤੇ ਹੁਣ ਬੜੇ ਲੱਗਿਆ ਨਾ ਝੂਠੀ ਹੁੰਦੀ ਚਾਹ ਇਹ ਕਹਿੰਦਾ ਮੈਂ ਸ਼ਾਮ ਤੱਕ ਨਹੀਂ ਕੋ ਖਾਣਾ ਦੇਖਦੇ ਹੁਣ ਆਹੀ ਬੰਦਾ ਤੁਹਾਡੇ ਸਾਹਮਣੇ ਆ ਮੈਂ ਨਹੀਂ ਖਾਣਾ ਵੀਰੇ ਸ਼ਾਮ ਤੱਕ ਇਹ ਜੋ ਸਵਿਜ਼ਰਲੈਂਡ ਗਏ ਸੀ ਉਦੋਂ ਵੀ ਆਈ ਕਹਿੰਦਾ ਸਟਾਰਬਕ ਦੀ ਕੌਫੀ ਇਹਨਾਂ ਨੇ ਏਡੀ ਕੌਫੀ ਆਹ ਤਾਂ ਪੀਤੇ ਹੀ ਥੋੜ੍ਹੀ ਜਿਹੀ ਪੱਕਾ ਹੁਣ ਚੱਲ ਦੇ 8 ਵਜੇ ਤੱਕ ਸਵੇਰ ਦੇ ਰਾਤ ਦੇ ਚਲੋ ਦੇਖ ਸਵੇਰ ਦੇ ਬਾਈ 5 ਵਜੇ ਆ ਜੀ ਦੇਖਦੇ ਹਾਂ ਕੀ ਨਾ ਨਾ ਦੇਖ
ਕਹਿੰਦਾ ਮੈਂ ਨੀ ਲੈ ਸਾਈਡ ਦੇਣੀ ਉਹਨੂੰ ਇਹ ਕਿਹੜੀ ਆਕੜ ਹੋਈ ਸਾਈਡ ਦੇਣੀ ਰੋਡ ਦੇਖ ਲਓ ਹਾਈਵੇ ਤੇ ਜਾਣਾ ਹਾਈਵੇ ਤੇ ਜਾਣਾ ਉਹ ਤੈਨੂੰ ਹਾਰਨ ਮਾਰ ਰਿਹਾ ਵੀ ਭੈਣ ਚੋਦ ਹਾਰਨ ਮਾਰਿਆ ਹਾਰਨ ਸੁਣਿਆ ਇਹ ਕਿਹੜੀ ਆਕੜ ਕਹਿੰਦਾ ਦੇਖ ਲਓ ਬਾਈ ਇਹੋ ਜਿਹੇ ਬੰਦੇ ਦਾ ਕਹਿੰਦਾ ਮੈਂ ਨੀ ਕਹਿੰਦਾ ਮੈਂ ਨੀ ਸਾਈਡ ਦੇਣੀ ਉਹਨੂੰ ਉਹ ਦੇਖ ਕੇ ਮੈਨੂੰ ਕਹਾਂ ਕਿ ਲੈ ਪਿੱਛੇ ਗਾਣਾ ਲਾਇਆ ਹੋਇਆ ਅੱਲਾ ਮਾਫ ਕਰੇ ਜੀ ਕੈਸਾ ਡਰਾਈਵਰ ਹੈ जर्मन की झलक दिंदा क्योंकि पहला जर्मन का हिस्सा सी ना ऑस्ट्रिया का बार्डर इथों जमा नाल ही आ 10 किलोमीटर के फर्क ते होना इथों ऑस्ट्रिया का बार्डर होर ड्राइवर साहब पार्किंग पिछे लानी पई सी बस की टिकट लेके आना पैंदा गाहां ऐतकी पार्किंग जमा नाल ही ला देनी है क्योंकि थोड़ा साजरे आ महंगी बहुत पिछली बार असि लाई सी 4 किलोमीटर पिछे गड्डी लाई सी एक पास दी 5 एरो दी टिकट सी 5 दी आउण दी एक बंदे दी 10 एरो दी टिकट लगी सी 4 किलोमीटर च ਅੱਜ ਵਧੀਆ ਪਾਰਕਿੰਗ ਖੋਲੇ ਲੱਗ ਜੂ ਆਲੂ ਵਾਲੇ ਪਰੌਂਠੇ ਲੈ ਕੇ ਆਉਣੇ ਦੇ ਯਾਰ ਬਸ ਤੈਨੂੰ ਪਰੌਂਠਾ ਜੀ ਬਈ ਇਹ ਇਹੀ ਬੰਦਾ ਹੀ ਬਾਬੇ ਜਿਹੜਾ ਕਹਿੰਦਾ ਸੀ ਵੀ ਹੱਥ ਨੇ 8 ਵਜੇ ਖਾਣਾ ਗਾ ਦੇ ਅੱਜ ਤਾਂ ਸਵੇਰ ਦੇ ਵੀ ਨਹੀਂ 8 ਵਜੇ ਮੈਨੂੰ ਤਾਂ ਭੁੱਖ ਲੱਗੀ ਯਾਰ ਉਹ ਠਾ ਦੇ ਇਹਨੂੰ ਕਿ ਕਿਲੋਮੀਟਰ ਰਹਿ ਗਿਆ ਰੈਸਟੋਰੈਂਟ ਲੱਭੋ ਕੋਈ ਰੈਸਟੋਰੈਂਟ ਲੱਭੋ ਵੀਰੇ ਕੋਈ ਨਹੀਂ ਦੇਖਦਾ ਪਹਿਲਾਂ ਲਾਗੋ ਘੁੰਮ ਲਈਏ ਜਮਾ ਕੋਲੇ ਲਾਗੋ ਜੀ ਓਏ ਅੱਗੇ ਵਾਲਾ ਵੀ ਹੁਣ ਇਹਦੇ ਪਿੱਛੇ ਵਾਲਾ ਵੀ ਉਹ ਦੇਖਿਓ ਜੀ ਸਵੇਰ ਚ ਨਹੀਂ ਦੇਖੋ ਸਹੀ ਗੱਲ ਲਵ ਯੂ ਗਾਇਸ ਲਾਤੀ ਪਾਰਕਿੰਗ ਆਪਾਂ हजे सवेर का टाइम पार्किंग भरिया चलो देख थोड़े जे मीह मूह घट पे बर्फ भी घट पई है पहाड़ा च मैं सुनिया पानी घाटा लागो च जाके देखते हैं किन्ना का पानी लेक च मतवल देखो इतने दोनों पास चल दी इतने डच भी चल दी इटालियन भी पर डच न पहल दी हुई इतनी एरिया इटली का पर इतने है डच न पहल क्योंकि ज्यादातर जाने डच आँदी है क्योंकि पहला जर्मन का हिस्सा रहा हो ना यह गुस्सा चढ़ रहा तिने जाने फोटो पिछे पे पे बस जो चीज देखनी देख नहीं रहे लागू लागू दिब्राइस ऐसा थोड़ा दसा ही ना पानी बहुत घट आ जब पिछली बार असं आई जिते मैं खड़ा गा ये सारा पानी ना भरया हुआ उत्ते तक पानी सीगा ऐसा देखो कि घट पानी आती फेमस कैसतिया पानी साफ बहुत है लेक का देखो जी बाबे तो लागू तो आप पहुँच गए तुम दसता मणि ने हूँ लैन लगे आप कैसती हैं क्योंकि हम कट्ठ घटा तो अभी लैन लून भी नहीं लगी हुई वो देखो यार देखो इधर बंदा इधर मैं ठंड ही लग देखो यार लुधियाने भैया नहीं बैठे होंगे हाँ जी इधर ठंड ही लग देखो लुधियाने ₹35 घंटे ते मिली है 35 रुपये ने मतलब यूरो जो यार
रुपये कह रहे हैं ना समझ लिया करो यूरो ही कह रहे हैं क्योंकि आदत पई हुई है रुपये कह रही है पैंती यूरो घंटे ते मिली है जशन हाँ तेन पिछे बिठा कैश्ती देखा देनी पलटाती 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 जशन जशन डर गया वैंस डर गया जशन जशन ने पलटा देनी जशन और यही करना इन्हें सारे ना या मैन तेन तोर देनी आनी मैं तो दस डर बहुत लगता है वैसे मैं चलावा मेनू आबे ड्राइवर चेंज करता पांच मिनट हो गए इतने खड़े हजे तक इत ही खड़े इतो निकले इत ही खड़े कहती लाइन च बह जाओ मणि आ की करी जाने इतनी घुमाई जाने इतनी घुमाई जाते फोन सीटी जाने की सैट लिया की करता रहना तू चाबी हट ली जा चाबी अंबोरतान ते अमनी थले ना नांगी होवे बैंत तेनू पता यार कोर्ट च हुआ बंदे पूरे डरे हुए ते चाबी डिगी हुई ओ जगह ते हुण ना हाथ पाउंदे कहती रेडी हो रही है बहुत फुद्दू काम आ चाबी नी जागदे अगे तो नहीं मैं बाबे गए थी मैंने पिछली बार गया सी जब पिछली बार अहीं बैठे सी बहुत डर लगे मैं दस्सिया इन्हां नूं इह मन्ने नहीं हैगे तेरी तैरना नहीं आउंदा बंदे बहुत आउंदे तेरी लाइफ जैकेट मैं कहिंदा ना पायो लो वी मुंडे चाबी कढ़ी जा रही है चाबी मिल गई माय गॉड थैंक गॉड सानू आया सी 300 किलोमीटर भी 300 मीटर को सदना पैना हुण सानू चाबी दूजी मंगाउण दी खातर ओ माय गॉड बैस तू चाबी नहीं रखनी चाबी मेनू फड़ा दो वीरे तू चाबी रखना ले नहीं ओ हेलो आई दा बोट आई दा बोट दे पैसे लाई सेती मोड़ ले बोट भी चाबी डिगी हुई है देखिए की बननागा की करना सारा टूर ओ सेंसर दा ही खराब हो गया चाबी मिल गई ए बहुत आ इत्थे ही लंघना चल देन खोली ना जीप हां जी कैसी होती झूठे लेके आधा घंटा फोटोग्राफी करके जोगे हरेक बार दा काम आ ते चाबी हिड़ती होए जदों ने कहा हां फट्टा चक के निकल आउंदी आ बहुत औखा होया उत्तों इन्हां नूं कहता वी कोट चक लियो तां बच गए ठंड दस्सो वीरे बहुत ज्यादा ठंड आ नक नक ठरे पए यार जमा बाकी पता नहीं सानू ऐसी हुड्डी वाली ठंड होगी पर इत्थे तक कोटां च भी ठंड लग रही है बहुत नज़ारे ठंड है यार हुण ट्रैकिंग कर रहे आले दुआले दी सारे फिर तुहानू राह च दिखाउने आ व्यू इहदे अपना दो दिन वाला टूर आ दो तीन जगह तो होर जाना वो भी जगह पूरी अजे देखे होटल पहला ना महीना का किसी ने गल ही नहीं की होटलों की कहते टाइम तो देखा एक दिन पहला होटल क्ढे कले फाइव स्टार होटल खाली सके फाइव स्टार 1000 तो घट है नहीं एक नाइट का
ਤਾਂ ਕਰਕੇ ਫਿਰ ਅਸੀਂ ਕਿਹਾ ਵੀ ਗੱਡੀ ਜਾਵਾਂਗੇ ਕੰਬਲ ਕੁੰਬਲ ਚੱਕ ਲਿਆਂਦੇ ਐਡਵੈਂਚਰ ਹੋਊਗਾ ਦੇਖਦੇ ਹਾਂ ਹੁਣ ਕੀ ਬਣਦਾ ਅੱਗੇ ਜਾ ਕੇ ਆ ਜਾਓ ਸਾਹ ਵੀ ਚੜ ਗਿਆ ਯਾਰ ਇੱਥੇ ਤੱਕ ਆਉਂਦਿਆਂ ਨਾ ਹਾਂ ਉਹਦੇ ਕਰਕੇ ਹੀ ਦੇਖੋ ਬਾਬੇ ਯਾਰ ਜਗ੍ਹਾ ਜੰਨਤ ਹੈ ਹੈਂ ਭੁੱਖ ਲੱਗੀ ਆ ਕੀ ਲੱਗੀ ਆ ਭੁੱਖ ਇਹ ਬੰਦਾ ਵਾ ਜਿਹੜਾ ਕਹਿੰਦਾ ਬਰਿਓ ਨਾ ਹੱਥਾਂ ਤੱਕ ਨਹੀਂ ਲੈ ਕੇ ਆਇਆ ਯਾਰ ਖਾਣ ਨੂੰ ਭੁੱਖੇ ਮਰਨ ਵਾਲਾ ਕੰਮ ਸਹੀ ਗੱਲ ਆ ਮਾਰਕੀਟ ਵੀ ਇਹਨੇ ਇੱਥੇ ਨੇੜੇ ਤੇੜੇ ਕੋਈ ਉਹ ਹੈ ਨਹੀਂ ਆ ਦੇਖੋ ਇੱਧਰ ਵੀ ਟਰੈਕਿੰਗ ਨੂੰ ਰਾਹ ਜਾਂਦਾ ਪਰ ਆਪਾਂ ਇਕੱਲੇ ਆਲੇ ਦੁਆਲੇ ਦੀ ਕਿਹੜਾ ਦੇਣਾ ਭਈਆ ਟਰੈਕਿੰਗ ਕਰੋ ਬਾਹਰ ਕੀ ਬਾਤ ਹੈ ਕੀ ਬਾਤ ਆ ਆਹ ਜਗ੍ਹਾ ਦੇਖੋ ਤੁਸੀਂ ਉਹ ਇੱਥੇ ਆ ਕੇ ਦਾ ਕੰਮ ਹਟ ਦੋ ਯਾਰ ਓ ਯਾਰ ਪਹਾੜਾਂ ਚੰਗਾ ਲੱਗਦਾ ਨਹੀਂ ਪਹਾੜਾਂ ਦੇ ਵਿੱਚ ਔਰ ਬਾਥਰੂਮ ਕਰੀ ਜਾਂਦੇ ਹੁਣ ਐਮਰਜੈਂਸੀ ਆ ਯਾਰ ਐਮਰਜੈਂਸੀ ਆ ਫੇ ਜਾਓ ਝਾੜੀਆਂ ਝੂੜੀਆਂ ਚ ਵੜ ਜਾਓ ਦੋਨੇ ਜਣੇ ਬਾਬੇ ਇੱਥੇ ਆ ਗਏ ਨੇ ਇਹਨਾਂ ਨੇ ਆ ਕੰਮ ਹਟੇ ਇੰਨਾ ਉਹ ਸਭ ਨੂੰ ਓਏ ਬੈਸ ਓਏ ਉੱਥੇ ਬੜੇ ਹੋਏ ਟਾਇਲਟ ਉੱਥੇ ਕਰ ਲਈ ਮੂਤ ਓ ਬੈਸ ਇੱਧਰ ਕਿਹਦੇ ਕੋਲ ਜਾ ਰਿਹਾ ਸੁੱਪ ਲੜ ਜਣਾ ਦੰਗਲ ਇੱਧਰ ਜਸ਼ਨ ਤੂੰ ਵੀ ਕਰਿਆ ਹੁਣ ਗਿਆ ਤਾਂ ਹੈਗਾ ਹੀ ਹੁਣ ਪਤਾ ਤਾਂ ਹੈਗਾ ਹੀ ਆ ਓਏ ਕਿੱਥੇ ਚਲੇ ਗਿਆ ਉਹ ਦੇਖ ਕਿਉਂ ਨਹੀਂ ਗਾ ਚੱਲ ਕੋਈ ਜੀ ਏ ਅਸਮਾਨ ਆ ਮੈਨੂੰ ਕਾਲੀਆਂ ਰਾਤਾਂ ਚ ਜਾਣਾ ਇਹ ਤੋਂ ਨਾ ਵੀ ਨਹੀਂ ਸਹੀ ਗੱਲ ਆ ਦੇਣਾ ਇਹਨਾਂ ਨੂੰ ਗਾਣੇ ਜੋ ਗੋਣੇ ਜਾਲ ਇੱਕ ਲਾਉਣੀਆਂ ਇੱਥੇ ਜਾਲ ਆ ਗਈਆਂ ਕਿੰਨਵਾਂ ਸੌਰ ਸੀ ਜਸ ਨੇ ਤਾਂ ਵਿਊ ਦਿਖਾ ਯਾਰ ਲਾਗੋ ਦਾ ਕਿੰਨਾ ਘੈਂਟਾ ਰੇ ਰੰਗ ਹੀ ਬਦਲ ਗਿਆ ਨਾ ਗਾਗੋ ਦੇ ਉੱਤੇ ਆ ਕੇ ਤਾਂ ਇਹਦਾ ਟਰੈਕਿੰਗ ਹੀ ਹੋ ਗਈ ਤੁਸੀਂ ਕਹਿੰਦੇ ਗੇੜਾ ਦੇਣਾ ਇੱਕ ਵਾਰ ਲੋਬੀ ਹੋ ਉੱਥੋਂ ਚੱਲ ਕੇ ਹੁਣ ਫਿਰ ਠੰਡ ਘਾਟ ਆ ਬਾੜੀ ਦੇ ਉੱਤੇ ਉੱਤੇ ਦੀ ਹੁੰਦੇ ਇੱਥੇ ਪਹੁੰਚ ਗਏ ਹੁਣ ਸਾਰਾ ਪਲੇਨ ਰਾਈ ਆ ਇੱਧਰ ਦੀ ਉਹ ਉੱਤੇ ਦੀ ਪੇਰ ਜਾ ਕੇ ਪਰੇ ਦੀ ਪਾਣੀ ਚੈੱਕ ਕਰੋ ਲੱਗਦਾ ਪਾਣੀ ਚੈੱਕ ਕਰੋ ਯਾਰ ਕਿੰਨਾ ਸਾਫ ਆ ਪੀ ਵੀ ਸਕਦੇ ਇੰਨਾ ਸਾਫ ਪਾਣੀ ਆ ਆਇਆ ਪਾਣੀ ਚੈੱਕ ਕਰਦੇ ਆਪਾਂ ਐਤੀ ਪਾਣੀ ਯਾਰ ਹੈ ਘੱਟ ਬਹੁਤ ਅੱਗੇ ਇੱਥੇ ਝਰਨਾ ਚੱਲਦਾ ਹੁੰਦਾ ਉੱਪਰੋਂ ਆਉਂਦਾ ਐਤੀ ਮੀਂਹ ਪਏ ਨਹੀਂ ਹੈਗੇ ਤਾਂ ਕਰਕੇ ਇਹ ਹੁਣ ਤੈਨੂੰ ਪੀ ਕੇ ਦਿਖਾਊਗਾ ਪਾਣੀ ਪਹਿਲਾਂ ਇਹਨੇ ਲਵੀਨੀਓ ਪੀ ਕੇ ਦਿਖਾਇਆ ਸਾਰੇ ਕਿਤੇ ਪਾਣੀਆਂ ਪੀ ਕੇ ਦਿਖਾਉਂਦਾ ਰੋੜਨਾ ਜਾਈ ਵਿੱਚ ਮੋਟੇ ਮੈਂ ਤਾਂ ਫੜੀ ਵੀਰੇ ਵਿੱਚ ਨਾ ਰੋੜ ਜੀ ਇਹ ਸਿੱਧਾ ਹੀ ਰੋੜਨਾ ਜਿਸੇ ਫੜੀ ਮਣੀ ਫੜੀ ਓਏ ਮੈਂ ਹਟਣ ਲੱਗਿਆ ਵੀਰੇ ਤੈਨੂੰ ਦੱਸ ਦੇਖ ਲੈ ਉਹ ਉਂਜਲਾ ਦਾ ਭਰ ਲੈਣਾ ਉਹ ਆ ਬੜੀਆ 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 ਬਹੁਤ ਉਤਰਾਈ ਆ ਯਾਰ ਕਰਦੇ ਦੇਖ ਕੀ ਕੁਛ ਨਹੀਂ ਲੈ ਆ ਦੇਖੋ ਇਹਦੇ ਚੈਨ ਬਣਾ ਲਈ ਤੇ ਇਹਨਾਂ ਨੇ ਥੋੜੇ ਪਰੇ ਹੋ ਕੇ ਕਰ ਲੋ ਨਿੱਕੇ ਨਿੱਕੇ ਹਨਾ ਹੁਣ ਸਾਥ ਛੱਡ ਕੇ ਖੜੇ ਹੋ ਗਏ ਹੁਣ ਪਹੁੰਚ ਗਏ ਮੰਜ਼ਿਲ ਜਸ਼ਨ ਸਿੰਘ ਡਰਿੰਕਿੰਗ ਵਾਟਰ ਹੁਣ ਕੋਟ ਦਾ ਉਹਨੂੰ ਜੀ ਕਰਦਾ ਓਏ ਜਲ ਹੈ ਜੀ ਜਲ ਇੱਥੇ ਫੜ ਪਾਸ ਚਲੋ ਪਾਸ ਓਏ ਉਹ ਬਸ ਆ ਜਾਓ ਯਾਰ ਲੋ ਪੀ ਕੇ ਦਿਖਾਤਾ ਤੁਹਾਨੂੰ ਸਵਾਦ ਆ ਯਾਰ ਸਵਾਦ ਸੱਚੀ ਪਾਣੀ ਵਾਲਾ ਨਹੀਂ ਹੈਗਾ ਉਦਾਂ ਦਾ ਮੈਂ ਕਹਿੰਦਾ ਕੈਂਪਰ ਨੂਣ ਵਾਲਾ ਇੱਥੇ ਸਮੁੰਦਰ ਆ ਕੈਂਪਰ ਭਰ ਲਾ ਘਰੇ ਲੈ ਜੀ ਚਲ ਆ ਜਾਓ ਯਾਰ ਗਾਹਾਂ ਚੱਲੀਏ ਜੀ ਬਿਸਲੇ ਵੀ ਨਹੀਂ ਹੁੰਦਾ ਉਹ ਚਲੋ ਦੀਨਾ ਉੱਪਰ ਜਾਣਾ ਹੋਰ ਪਰ ਆ ਪਤਾ ਨਹੀਂ ਕਿਹੜੇ ਲੋਕ ਨੇੜੇ ਪੱਥਰ ਟਕਾ ਟਕਾ ਕੇ ਉੱਤੇ ਰੱਖ ਜਾਂਦੇ ਆ ਐ ਨਹੀਂ ਐ ਲੈਣਾ ਲਾਈਵ ਉੱਤੇ ਉੱਤੇ ਦੀ ਉੱਤੇ ਪੱਥਰ ਰੱਖੀ ਜਾਂਦੇ ਨੇ ਮਤਲਬ ਕੀ ਭਾਈ ਜਦੋਂ ਇਹ ਪਹਿਲੀ ਵਾਰ ਆਏ ਸੀ ਮੈਂ ਤੇ ਹਰਿੰਦਰ ਨੇ ਇੱਧਰ ਟਰੈਕਿੰਗ ਕੀਤੀ ਉੱਪਰ ਜਾ ਰਹੀ ਸੀ ਉਹ ਪਹਾੜ ਤੇ ਕੋਲੇ ਜਮਾ ਆਪਣਾ ਐ ਦੇਖੀ ਲਾਗੋ ਮੈਂ ਤਾਂ ਦੂਜੀ ਵਾਰ ਆ ਗਿਆ ਸੀ ਤੇ ਆ ਦੋਨੇ ਪਹਿਲੀ ਵਾਰ ਆਏ ਆ ਉਹ ਐ ਕਾਦੀ ਬਣਾਈਆਂ ਸਾਲਿਆਂ ਨੇ ਸੋਹਣੀ ਹੈ ਐ ਕਾਦੀ ਬਣਾਈਆਂ ਪਤਾ ਨਹੀਂ ਮੈਂ ਤਾਂ ਆਪ ਉਹਦਾ ਕਾਦੋਂ ਉੱਤੇ ਦੀ ਉੱਤੇ ਪੱਥਰ ਰੱਖੀ ਜਾਂਦੇ ਰਹੇ ਲੋਕ ਵੀ ਰੱਖਣੇ ਯਾਰ ਰੱਖ ਦੇ ਫਿਰ ਆਹ ਤੇ ਕ੍ਰੇਨ ਲੈ ਕੇ ਆਈ ਹੁਣ ਤੇਰਾ ਪੱਥਰ ਰੱਖਣ ਤੇਰੀ ਤੇ ਪਤਾ ਕਿ ਆ ਜਿੰਨੇ ਅੱਖਰ ਹੈ ਨਾਂ ਦੇ ਉਹਨੇ ਉਹ ਬਣਾ ਇਹ ਦੇਖਣਾ ਕਿੰਨੇ ਬਣਾ ਇੱਕ ਤੇ ਤਾਂ ਹੈ ਹੀ ਨਹੀਂ ਕੋਈ ਉਹ ਮੈਂ ਵੀ ਆ ਪੂਰਾ ਕਰ ਲੱਤਾਂ ਕੰਬਦੀਆਂ ਸੜੀਆਂ ਸਹੀ ਗੱਲ ਕੋਚ ਗਈ ਜਸ਼ਨ ਕੰਬ ਰਹੀ ਹੈ ਕੰਬ ਜਸ਼ਨ ਤੇਰੇ ਲਈ ਸੱਚਾ ਦਰਬਾਰ ਆ ਵੀ ਜਿੱਥੇ ਤੂੰ ਟਿਕਾਉਣ ਲੱਗਿਆ ਪੱਥਰ ਵੀ ਸਹੀਲੀ ਸੈੱਟ ਹੋ ਜਾਊਗੀ ਨਾ ਸਹੀਲੀ ਤੇ ਸੈੱਟ ਦੇ ਉਹ ਤਾਂ ਹੈ ਹੀ ਨਹੀਂ ਫਿਰ ਹੋਰ ਕਾਹਦਾ ਟਿਕਾਉਣਾ ਇਹ ਮਤਲਬ ਜੀ ਸਾਰਿਆਂ ਨੇ ਟਿਕਾਇਆ ਮੈਂ ਵੀ ਟਿਕਾ ਤੇ ਖਬਰ ਕੋਈ ਵਧੀਆ ਗੁੱਡ ਲੱਕ ਮਤਲਬ ਉਹ ਆ ਭੇਡਾਂ ਵਾਲਾ ਕੰਮ ਆ ਜਿੱਦਾਂ ਨੂੰ ਇੱਕ ਅੱਗੇ ਪਿੱਛੇ ਤੁਰ ਪੋ ਗੁੱਡ ਲੱਕ ਹੋਵੇ ਉਹ ਨਹੀਂ ਹੈਗਾ ਇਹ ਵੀ ਕੁੜੀਆਂ ਦਾ ਚੱਕਰ ਉਹ ਨਹੀਂ ਹੈਗਾ ਹੋਰ ਕੀ ਹੈ ਇਹ ਗੁੱਡ ਲੱਕ ਮਤਲਬ ਫੋਰਚੂਨ ਆਪਣਾ ਗੁੱਡ ਫੋਰਚੂਨ ਸਹੀ ਫੋਰਚੂਨਰ ਲੈਣੀ ਆ ਇੰਡੀਆ ਦੀ ਬੰਦਾ ਜੀ ਨਵੇਂ ਬੂਟ ਲੈ ਆਈ ਦੇਖੋ ਕੀ ਹਾਲਤ ਕਰ ਲਈ
ਮੈਂ ਨੁਕਸਾਨ ਹੋ ਗਿਆ ਆ ਸਕੂਲ ਵਾਲੇ ਬੂਟ ਨਹੀਂ ਜਿਹੜੇ ਆਪਾਂ ਸਕੂਲ ਚ ਪਾਉਂਦੇ ਹਾਂ ਨਾਈਕ ਏਅਰ ਫੋਰਸ ਦੇ 100 ਜੀ ਯਾਰ ਉਹੀ ਨੇ ਯਾਰ ਮੈਂ 110 ਸੌਰੀ ਇੰਡੀਆ ਵਾਲਾ 10000 ਰੁਪਿਆ ਲਾਇਆ ਅਗਲੇ ਤੂੰ ਸਕੂਲ ਵਾਲੇ ਬੂਟ ਗਏ ਨਾਈਕ ਏਅਰ ਫੋਰਸ ਨਿਊ ਬੈਲੈਂਸ ਦੇ ਰੰਗ ਬਰੰਗੇ ਨਾਈਕ ਏਅਰ ਫੋਰਸ ਇਹਨਾਂ ਨੂੰ ਕੀ ਪਤਾ ਕੀ ਹੁੰਦਾ ਹੈ ਜਲੂਸ ਜੇ ਕੱਪੜੇ ਜਲੂਸ ਜੱਜਦੇ ਰੰਗ ਬਰੰਗੇ ਕੱਪੜੇ ਜੰਮੇ ਜੰਮੇ ਬੂਟ ਆ ਦੇਖ ਲਾ ਕੱਲ 30 ਯਾਰ ਉਹਦੇ ਲਿਆਇਆ ਦੇਖ ਤੂੰ ਵੱਧ ਜਾ ਕਿੱਥੇ ਨਾਲਾ ਕੰਪਨੀ ਦੀ ਅਕਲੇ ਲਵੇੜੇ ਜਮੇ ਨਹੀਂ ਹੈਗੇ ਕੰਪਨੀ ਦੀ ਅਕਲੇਜੀ ਕਲੇਜੀ देखो व्यू आबे तो क्या बात है बाबे लग गए जी ब्राइस घूम ली आप बंदे गए अपने वाशरूम इतने आए बाथरूम ने मतलब कोई टैक्स नहीं है कौन नहीं तो हम पार्किंग कढ़न गया बंदा अपना चलते हम कि होर जगह पर जाना देख रहे कितने पता ना या नहीं पता है मतलब जगह घंटा पूरी घंटे जगह की तुम अगे चल के तो होने गड्डी हो निकला एक बंदे भुख बहुत लगी हुई है मार्केट चल के वो आया नहीं दूजा जगह बहुत घंट सी जगह कि लगी है सर पूरी फोटो वीडियो सारा कुछ बना लिया तीन चार रील बना लिया सत्त अठ फोटो खींच लिया ओके क्या बात है क्या बात है हाय 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 बाबे यार लोकेशन देखो यार क्या जन्नत सिर बहन आप मार्केट लभ रहे हैं वो तो खाने पीने लें फिर अगली लोकेशन से चलते हैं लोकेशन देखो आ जगह तो स्विट्जरलैंड में इमारत पाई जाती है इटली की हाँ जी हाँ जी हाँ जी हाँ जी हाँ जी कितने पहुंच गए मार्केट मार्केट आ गया पेंड बड़ा घंट यार थोड़े थोड़े घर ने निकी मार्केट बड़ा घंट पेंड पहली बार सुनी है ना जानना डेस्पर डेस्पर नाम मार्केट का देखो जमा शांति वाला पेंड यार घंट जगह जन्नत सिरा जगह सिरा की सही है ਇਹਨਾਂ ਸਟੋਰੀ ਗਾਣਾ ਲੱਗ ਉਹ ਐਨ ਕਾਇ ਲਾ ਦੇ ਜਿਵੇਂ ਲੈਂਸ ਪਏ ਹੁੰਦੇ ਹਾਂ ਜੋ ਆ ਜੋ ਮੈਂ ਉਹਦੇ ਬੈਠਾ ਸੋਰੀ ਪਾਣਾ ਦੀ ਤੇ ਉਹ ਮਹਿੰਗੀ ਕਿੰਨੀ ਹੋਵੇ ਹੌਲ ਪੈ ਗਿਆ ਲੋਗਾ ਬੇ ਰੈਡ ਬੁੱਲ ਨਾਲ ਰੇਟ ਉਹੀ ਆ 10 15 ਸੈਂਟੀ ਮਹਿੰਗੀ ਹੈ ਮਾਰਕੀਟ ਇੱਥੇ ਮਤਲਬ ਸਵਿਜ਼ਰਲੈਂਡ ਜਿੰਨਾ ਮਹਿੰਗਾ ਨਹੀਂ ਹੈਗਾ ਕੰਮ ਇੱਧਰ ਆਪਾਂ ਵੀ ਉਹ ਬਾਕੀ ਪਾਣੀਆਂ ਪੁੰਨੀਆਂ ਵੀ ਲੈਣੇ ਹੁਣ ਦੇਖਦੇ ਆ ਇੱਥੋਂ ਮਾਰਕੀਟ ਵਧੀਆ ਮਿਲ ਗਈ ਆਪਾਂ ਰੈਡ ਬੁੱਲ ਵਧੀਆ 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 ਉਹ ਆ ਕੀ ਆ ਬੰਦੇ ਰੈਡ ਬੁੱਲ ਹੀ ਲੈ ਲਾ ਚਾਰ ਚੱਕ ਲਾ ਮੌਂਟਰ ਨਹੀਂ ਹੈਗੇ ਮੌਂਟਰ ਨਹੀਂ ਮਿਲਨੇ ਮਿਲਨੇ ਚਲ ਆ ਜਾ ਅੱਗੇ ਬਾਬੇ ਅੱਗੇ ਤਾਂ ਹੁਣ ਉਹ ਕੇਲੇ ਦੀ ਦਰਜਨ ਲੈਣੀ ਮੈਂ ਇਸ ਨੂੰ ਕਹਿਆ ਕੇਲੇ ਬਹੁਤ ਖਾਉਂਦਾ ਹਾਂ ਕੇਲਾ इटली जन कहते पानी बना सही आ समान पता किन्ना लेता 41 बने जे आप बाहर आते चल आज बहर बाबे हम गल है असं बनाने दो या तीन ब्लॉग इतने मतलब हम लागू की बराई तुम आह ब्लॉग दिखाती हूँ आह ब्लॉग कर लगे इतने समाप्त इस बार नैक्सट ब्लॉग शुरू कर दें ब्लॉग भरा बने सारे देखियो तो सबसक्राइब कर लो भीरे ਵਧੀਆ ਮਤਲਬ ਸਬਸਕ੍ਰਾਈਬ ਲਾਈਕ ਕਮੈਂਟ ਬਹੁਤ ਘੱਟ ਕਰਦੇ ਯਾਰ ਕਮੈਂਟ ਕਰ ਦਿਆ ਕਰੋ ਮਤਲਬ ਦੱਸ ਦਿਆ ਕਰੋ ਸਾਨੂੰ ਰਿਵਿਊ ਦੇ ਦਿਆ ਕਰੋ ਰੀਲਾਂ ਲਈ ਫੋਲੋ ਕਰ ਲਿਓ ਜਸ ਸਿੱਧੂ ਅੰਡਰਸਕੋਰ ਆਫ ਸੁਖਜੰਜ ਜਸ ਪਨੈਚ ਜਸ ਅੰਡਰਸਕੋਰ ਪਨੈਚ 97 ਹਾਂ ਤੇ ਫੋਲੋ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਇਦੋਂ ਨਾਲ ਹੀ ਸ਼ੁਰੂ ਕਰਨ ਲੱਗੇ ਹੁਣ ਖਾਂਦੇ ਹੋਏ ਚਲੋ ਓਕੇ ਬਾਏ